ਹੈਲੋ ਫਰੈਂਡਸ ਅੱਜ ਅਸੀਂ ਗੱਲ ਕਰਾਂਗੇ ਕਿ ਸਾਡਾ ਸਵੇਰ ਦਾ ਬਲੱਡ ਗਲੂਕੋਜ਼ ਕਿਉਂ ਜ਼ਿਆਦਾ ਹੁੰਦਾ ਹੈ ਇਹ ਬਹੁਤ ਵਾਰੀ ਦੇਖਣ ਵਿੱਚ ਆਇਆ ਆ ਕਿ ਜਦੋਂ ਅਸੀਂ ਸਵੇਰ ਦਾ ਖਾਲੀ ਪੇਟ ਦੀ ਆਪਣਾ ਬਲੱਡ ਸ਼ੂਗਰ ਜਾਂ ਗਲੂਕੋਜ਼ ਟੈਸਟ ਕਰਦੇ ਹਾਂ ਤੇ ਉਹ ਜ਼ਿਆਦਾ ਹੁੰਦਾ ਹੈ ਇਹ ਇਸ ਤਰ੍ਹਾਂ ਜੇ ਜਦੋਂ ਅਸੀਂ ਰਾਤ ਨੂੰ ਕੋਈ ਚੀਜ਼ ਖਾਣੇ ਆ ਤੇ ਕਾਫੀ देर ਉਹਦੇ ਬਾਅਦ ਜਦੋਂ ਸਵੇਰਾ ਹੁੰਦਾ ਆ ਤਾਂ ਸਾਡਾ ਉਹ ਜਿਹੜਾ ਖੁਰਾਕ ਸੀ ਰਾਤ ਦੀ ਖਾਧੀ ਹੁੰਦੀ ਹੈ ਉਹ ਉਹਦਾ ਅਸਰ ਜਿਹੜਾ ਹੈ ਉਹ ਘਟ ਜਾਂਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਸਾਡਾ ਜਿਹੜਾ ਬਲੱਡ ਗਲੂਕੋਜ਼ ਹੈ ਉਹ ਬਲੱਡ ਦੇ ਵਿੱਚ ਕੱਟ ਜਾਂਦਾ ਹੈਗਾ ਜਦੋਂ ਬਲੱਡ ਗਲੂਕੋਜ਼ ਘਟਦਾ ਆ ਤੇ ਸਾਡੀ ਬਾਡੀ ਜਿਹੜੀ ਹੈ ਉਹਦੀ ਜਿਹੜੀ ਲਿਆਕਤ ਹੈ ਉਹ ਇਹ ਸਮਝਦੀ ਹੈ ਕਿ ਹੁਣ ਬਲੱਡ ਗਲੂਕੋਜ਼ ਘਟ ਗਿਆ ਉਹਨੂੰ ਕੰਪਨਸੇਟ ਕਰਨ ਦੇ ਲਈ ਸਾਡੇ ਕੋਲ ਕਈ ਤਰ੍ਹਾਂ ਦੀ ਮੈਕੈਨਿਜ਼ਮ ਹੈ ਜਿਹਦੇ ਨਾਲ ਕਿ ਸਾਡੇ ਜਿਹੜੇ ਕਈ ਤਰ੍ਹਾਂ ਦੇ ਹਾਰਮੋਨਸ ਹੈਗੇ ਆ ਜਿੱਦਾਂ ਕਿ ਸਾਡਾ ਕੋਰਟੀਸੋਲ ਹੈ ਸਾਡਾ ਗਲੂਕਾਗੋਨ ਹੈ ਜਾਂ ਸਾਡਾ ਐਡਰੀਨਲਨ ਹੈ ਜਾਂ ਸਾਡਾ ਹਿਮਨ ਗ੍ਰੋਥ ਫੈਕਟਰ ਹੈਗਾ ਇਹ ਹਾਰਮੋਨ ਹੈ ਉਹ ਸਾਰੇ ਹਾਰਮੋਨਸ ਜਿਹੜੇ ਹੈਗੇ ਆ ਉਹ ਲੀਵਰ ਦੇ ਵਿੱਚੋਂ ਉਹ ਗਲੂਕੋਜ਼ ਨੂੰ ਬਣਾ ਲੈਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਗਲੂਕੋਜ਼ ਦਾ ਲੈਵਲ ਜਿਹੜਾ ਹੈ ਉਹ ਵੱਧ ਜਾਂਦਾ ਹੈ ਨਾਰਮਲ ਤੋਂ ਥੋੜਾ ਜਿਹੜਾ ਆਮ ਲੋਕਾਂ ਦੇ ਵਿੱਚ ਥੋੜਾ ਵੱਜ ਜਾਂਦਾ ਹੈ ਅਗਰ ਉਹ ਪੇਸ਼ੈਂਟ ਕੋਈ ਡਾਇਬੀਟਿਕ ਹੈ ਜਾਂ ਉਹ ਇਨਸੂਲਿਨ ਰੈਜ਼ਿਸਟੈਂਟ ਹੈ ਤਾਂ ਉਹਨਾਂ ਦੇ ਵਿੱਚ ਕਿਉਂਕਿ ਜਦੋਂ 슈ਗਰ ਵੱਜ ਜਾਂਦੀ ਆ ਬੇਸ਼ੱਕ ਉਹ 슈ਗਰ ਹਾਰਮੋਨਜ਼ ਨਾਲ ਵੱਧਦੀ ਆ ਬੇਸ਼ੱਕ ਉਹ ਕੁੜਾਕ ਨਾਲ ਵੱਧਦੀ ਆ ਤੇ ਉਹ ਜ਼ਿਆਦਾ ਇਫੈਕਟ ਹੁੰਦਾ ਆ ਕਿ ਉਹਦਾ ਜਿਹੜਾ ਬਲੱਡ ਗਲੂਕੋਜ਼ ਲੈਵਲ ਹੈ ਉਹ ਜ਼ਿਆਦਾ ਤੁਹਾਨੂੰ ਸ਼ੋ ਹੁੰਦਾ ਹੈਗਾ ਪਰ ਜੇ ਤੇ ਲੋਕ ਇਸ ਤਰ੍ਹਾਂ ਵੀ ਹੈ ਕਿ ਉਹਨਾਂ ਨੇ ਲੋ ਕਾਰਬ ਹਾਈ ਫਰਕਟੋਜ਼ ਹਾਈ ਫੈਟ ਡਾਈਟ ਲਿਆ ਹੈ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਉਹ ਉਹ ਵੀ ਮਤਲਬ ਘਟ ਜਾਂਦਾ ਹੈ ਤੇ ਉਹ ਉਹਦੇ ਉਹਦੇ ਵਿੱਚ ਵੀ ਇਹੀ ਇਫੈਕਟ ਹੁੰਦਾ ਹੈ ਕਿ ਜਿਹੜਾ ਕੰਪਨਸੇਟਰੀ ਮੈਕੈਨਿਜ਼ਮ ਹੈਗੀ ਆ ਹਾਰਮੋਨਸ ਦੀ ਉਹ ਜ਼ਿਆਦਾ ਗਲੂਕੋਜ਼ ਜਿਹੜਾ ਹੈ ਪ੍ਰੋਡਿਊਸ ਕਰਦੇ ਹੈਗੇ ਆ ਜਿਹੜੇ ਡਾਇਬੀਟਿਕਸ ਹੁੰਦੇ ਆ ਆਲਰੇਡੀ ਡਾਇਬੀਟਿਕਸ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਬਲੱਡ ਗਲੂਕੋਜ਼ ਹੈਗਾ ਆ ਜਦੋਂ ਉਹਨਾਂ ਨੇ ਰਾਤ ਨੂੰ ਵੀ ਇਨਸੂਲਿਨ ਦਾ ਟੀਕਾ ਲਿਆ ਹੈ ਤੇ ਰਾਤ ਨੂੰ ਉਹਨਾਂ ਦਾ ਜਿਹੜਾ ਬਲੱਡ ਗਲੂਕੋਜ਼ ਹੈ ਉਹ ਕਾਫੀ ਨਾਰਮਲ ਤੋਂ ਘਟ ਜਾਂਦਾ ਹੈਗਾ ਜਦੋਂ ਉਹ ਨਾਰਮਲ ਤੋਂ ਘਟਦਾ ਆ ਤੇ ਉਹਦੇ ਵਿੱਚ ਮਤਲਬ ਸਾਡੇ ਜਿਹੜੇ ਕੰਪਨਸੇਟਰੀ ਹਾਰਮones ਹੈਗੇ ਆ ਜਿਹੜੇ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਆ ਉਹ ਸਾਰੇ ਵਰਕ ਕਰਦੇ ਆ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਗਲੂਕੋਜ਼ ਜਿਹੜਾ ਹੈ ਇੰਟਰਨਲ ਗਲੂਕੋਜ਼ ਦੀ ਫਾਰਮੇਸ਼ਨ ਹੋ ਜਾਂਦੀ ਆ ਤੇ ਉਹ ਗਲੂਕੋਜ਼ ਜ਼ਿਆਦਾ ਵੱਧ ਕੇ ਜਿਹੜੀ ਸਪਾਈਕ ਹੋ ਜਾਂਦੀ ਹੈਗੀ ਆ ਗਲੂਕੋਜ਼ ਦੀ ਜਿਹਨੂੰ ਅਸੀਂ ਸਮੋਗੀ ਮੈਨੂੰ ਪੈਟਰਨ ਕਹਿੰਨੇ ਹੈਗੇ ਆ ਕਿ ਇਹ ਸਮੂਗੀ ਫੀਨੋਮੀਨਾ ਹੈ ਉਹ ਉਹ ਹੁੰਦਾ ਹੈ ਇਹ ਡਾਇਬੀਟਿਕਸ ਦੇ ਵਿੱਚ ਇਹ ਫੀਨੋਮੀਨਾ ਕੰਮ ਕਰਦਾ ਹੈਗਾ ਜਿਹੜਾ ਪਹਿਲਾ ਫੀਨੋਮੀਨਾ ਮੈਂ ਦੱਸਿਆ ਸੀ ਕਿ ਸਾਰੇ ਲੋਕਾਂ ਦੇ ਵਿੱਚ ਹੋ ਜਾਂਦਾ ਹੈਗਾ ਗਲੂਕੋਜ਼ ਦਾ ਲੈਵਲ ਵੱਜ ਜਾਂਦਾ ਉਹਨੂੰ ਡਾਨ ਅਫੈਕਟ ਕਹਿੰਦੇ ਹੈਗੇ ਸੋ ਇਸ ਤਰ੍ਹਾਂ ਅਗਰ ਅਸੀਂ ਸਵੇਰ ਨੂੰ ਫਿਰ ਜਦੋਂ ਸਾਡਾ ਗਲੂਕੋਜ਼ ਵਾਧਾ ਹੈਗਾ ਜੇ ਕੋਈ ਮੀਲ ਵਗੈਰਾ ਲੈ ਲੈਂਦੇ ਆ ਜੇ ਅਸੀਂ ਉਹ ਤਕਰੀਬਨ ਬ੍ਰੇਕਫਾਸਟ ਦੇ ਵਿੱਚ ਜਿਆਦਾ ਮੀਲ ਲੈ ਲੈਂਦੇ ਆ ਜਿਹੜਾ ਕਾਰਬੋਹਾਈਡਰੇਟ ਹੁੰਦਾ ਹੈਗਾ ਤੇ ਉਹਦੇ ਨਾਲ ਫਿਰ ਸਾਡਾ ਜਿਹੜਾ ਬਲੱਡ ਗਲੂਕੋਜ਼ ਆ ਉਹ ਹੋਰ ਵੀ ਜਿਆਦਾ ਜਿਹੜਾ ਹੈ ਉਹ ਵੱਧ ਜਾਂਦਾ ਹੈਗਾ ਕਿਉਂਕਿ ਜਿਹੜੀ ਸਾਡੀ ਬਾਡੀ ਦੇ ਵਿੱਚ ਐਟ ਅ ਟਾਈਮ ਗਲੂਕੋਜ਼ ਦੀ ਮਾਤਰਾ ਹੁੰਦੀ ਆ ਉਹ ਸਿਰਫ 5 ਗ੍ਰਾਮ ਜਾਂ 6 ਗ੍ਰਾਮ ਉਹ ਉਸ ਤੋਂ ਜ਼ਿਆਦਾ ਬੋਡੀ ਦਾ ਜਿਹੜਾ ਮਤਲਬ ਲੱਡ ਹੈਗਾ ਆ ਉਹ ਰੱਖ ਨਹੀਂ ਸਕਦਾ ਜ਼ਿਆਦਾ ਨਹੀਂ ਰੱਖ ਸਕਦਾ ਕਿਉਂ ਕਿਉਂਕਿ ਉਹਦੇ ਵਿੱਚ ਇਹ ਹੈ ਕਿ 5 ਲੀਟਰ ਸਾਡਾ ਬਲੱਡ ਹੁੰਦਾ ਆ ਔਰ ਜਿਹੜੀ ਮਾਤਰਾ ਹੈਗੀ ਆ ਨਾਰਮਲ ਮਾਤਰਾ ਹੈਗੀ ਆ ਉਹ ਹੈ तकरीबन 100 ਮਿਲੀਗ੍ਰਾਮ ਪਰ 100 ਲੀਟਰ ਤੋਂ ਉਹਦੇ ਹਿਸਾਬ ਦੇ ਨਾਲ ਇਹ ਸਿਰਫ ਤੇ ਸਿਰਫ 5 ਗ੍ਰਾਮ ਤਕਰੀਬਨ ਸਾਡੇ ਬਲੱਡ ਦੇ ਵਿੱਚ ਗਲੂਕੋਜ਼ ਸਮਾ ਸਕਦਾ ਹੈਗਾ ਸੋ ਜਦੋਂ ਅਸੀਂ 120 ਗ੍ਰਾਮ ਦਾ ਕਾਰਬੋਹਾਈਡਰੇਟ ਲੈ ਲੈਂਦੇ ਆ ਤੇ ਬਾਕੀ ਜਿਹੜਾ ਕਾਰਬੋਹਾਈਡਰੇਟ ਹੈ ਉਹਦਾ ਗਲੂਕੋਜ਼ ਜਿਹੜਾ ਬਣਦਾ ਹੈ ਉਹ ਫੇਰ ਸਾਨੂੰ ਸਟੋਰ ਕਰਨਾ ਪੈਂਦਾ ਹੈ ਉਹ ਸਟੋਰ ਜਾਂ ਤਾਂ ਗਲਾਈਕੋਜਨ ਦੇ ਤਰੀਕੇ ਦੇ ਨਾਲ ਹੁੰਦਾ ਹੈ ਜਾਂ ਫਿਰ ਉਹਨੂੰ ਫੈਟ ਦੇ ਤਰੀਕੇ ਦੇ ਨਾਲ ਅਸੀਂ ਸਟੋਰ ਕਰਦੇ ਹੈਗੇ ਪਰ ਜੇ ਅਸੀਂ ਲੋ ਕਾਰਬ ਲੈਨੇ ਹੈਗੇ ਆ 120 ਗ੍ਰਾਮ ਦੀ ਬਜਾਏ ਸਿਰਫ 10 ਗ੍ਰਾਮ ਹੀ ਲੈਨੇ ਹੈਗੇ ਆ ਤਾਂ ਉਹ 10 ਗ੍ਰਾਮ ਸਿਰਫ ਸਾਡੇ ਮਤਲਬ ਬਾਡੀ ਦੇ ਵਿੱਚ ਸਿਰਫ 2 ਗ੍ਰਾਮ ਹੀ ਉਹਨੇ ਜ਼ਿਆਦਾ ਦੱਸਿਆ ਹੈਗਾ ਮਤਲਬ ਜ਼ਿਆਦਾ ਹੋਇਆ ਹੈਗਾ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਸਾਡਾ ਬਲੱਡ ਗਲੂਕੋਜ਼ ਲੈਵਲ ਹੈਗਾ ਆ ਉਹ ਵਾਦਾ ਨਹੀਂ ਹੈ ਉਹ ਸਿਰਫ ਉਹਨਾਂ ਹੀ ਰਹਿੰਦਾ ਹੈ ਅਸੀਂ ਕਾਰਬੋਹਾਈਡਰੇਟ ਦੀ ਜਗ੍ਹਾ ਹੋਰ ਵੀ ਪ੍ਰੋਟੀਨਸ ਜਾਂ ਫੈਟਸ ਵਗੈਰਾ ਲੈ ਸਕਦੇ ਆ ਜਿਹਦੇ ਨਾਲ ਕਿ ਸਾਡਾ ਜਿਹੜਾ ਬਲੱਡ ਗਲੂਕੋਜ਼ ਲੈਵਲ ਹੈ ਉਹਦੀ ਮੇਨਟੇਨੈਂਸ ਰਹਿੰਦੀ ਹੈਗੀ ਆ ਉਹਦੀ ਸਟੇਬਿਲਿਟੀ ਰਹਿੰਦੀ ਹੈ ਔਰ ਉਹ ਉਹਦੀ ਸਪਾਈਕ ਨਹੀਂ ਇਹ ਕੁਝ ਇੱਕ ਜਿਹੜੀਆਂ ਗੱਲਾਂ ਸੀ ਜਿਹੜੀਆਂ ਕਿ ਅਸੀਂ ਸਵੇਰ ਨੂੰ ਜਿਹੜਾ ਬਲੱਡ ਗਲੂਕੋਜ਼ ਲੈਵਲ ਸਾਡਾ ਵੱਧ ਜਾਂਦਾ ਹੈ ਉਹਨੂੰ ਠੀਕ ਕਰਨ ਦੇ ਲਈ ਅਸੀਂ ਕਰ ਸਕਦੇ ਹੈਗੇ ਆ ਤੇ ਸ਼ੂਗਰ ਵਾਲੇ ਪੇਸ਼ੈਂਟ ਖਾਸ ਕਰਕੇ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਦਾ ਇਨਟੇਕ ਆਫ ਕਾਰਬੋਹਾਈਡਰੇਟ ਹੈਗਾ ਆ ਉਹ ਘੱਟ ਤੋਂ ਘੱਟ ਹੋਵੇ ਤੇ ਉਹ ਉਹਨਾਂ ਲਈ ਬਿਹਤਰ ਹੋ ਸਕਦਾ ਹੈ ਥੈਂਕ ਯੂ ਵੈਰੀ ਮਚ